ਰੀਜ਼ਨ ਕੀ ਗੱਲ ਹੈ ਵੀਡੀਓ ਭਾਈ ਮੇਰਾ ਛੋਟਾ ਭਰਾ ਸੀ ਭਾਈ ਉਹਦੀ ਡਾਕਟਰ ਸਾਹਿਬ ਦਾ ਐਮਐਲਏ ਪੀ ਏ ਜਿਹੜਾ ਉਹਨਾਂ ਨਾਲ ਕੋਈ ਰੰਡੀ ਚੱਲਦੀ ਸੀ ਅਤੇ ਉਹਨਾਂ ਨੇ ਸੱਦ ਕੇ ਅੱਜ ਉਹ ਘਰੋਂ ਆਇਆ ਨਸ਼ਹਿਰੇ ਕੰਮ ਸੀ ਉੱਥੇ ਜਾਂਦਾ ਸੀ ਉੱਥੋਂ ਆਇਆ ਅਤੇ ਇੱਥੇ ਆ ਕੇ ਅਤੇ ਇਹਨਾਂ ਨੇ ਉਹਨੂੰ ਰਸਤੇ ਤੋਂ ਚੱਕ ਕੇ ਅਤੇ ਇੱਥੇ ਆ ਕੇ ਮਾਰਤਾ ਨਾਲੇ ਕਰੰਟ ਲਾਇਆ ਗਲਾ ਘੁੱਟਿਆ ਉਹਦਾ ਸਾਨੂੰ ਕੁਝ ਪਤਾ ਨਹੀਂ ਸਾਨੂੰ ਦੋ ਘੰਟੇ ਦਾ ਸਵਿੱਚ ਆਫ ਰਿਹਾ ਕੋਈ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਉਹ ਸਾਨੂੰ ਉੱਥੋਂ ਨਸ਼ਹਿਰੇ ਦੇ ਪੁਲਿਸ ਇੰਸਪੈਕਟਰ ਸਾਹਿਬ ਘਰ ਗਏ ਸਾਨੂੰ ਕਹਿੰਦੇ ਮੈਂ ਚਲੋ ਕੰਮ ਆ ਭਾਈ ਜਦੋਂ ਆਏ ਇੱਥੇ ਆ ਗਏ ਤਾਂ ਪਤਾ ਲੱਗਾ ਕਿ ਸਾਡੇ ਮੇਰਾ ਛੋਟਾ ਭਰਾ ਦੀ ਡੈਥ ਹੋ ਗਈ ਹੈ ਸਾਨੂੰ ਇਨਸਾਫ਼ ਚਾਹੀਦਾ ਜਿਹੜਾ ਮਰਜ਼ੀ ਹੋਵੇ ਭਾਵੇਂ ਪੀ ਏ ਹੋਵੇ ਭਾਵੇਂ ਐਮ ਐਲ ਏ ਆਪ ਹੋਵੇ ਇਹਨਾਂ ਮੁੰਡੇ ਦਾ ਪੀ ਏ ਦਾ ਸਾਨੂੰ ਡਾਕਟਰ ਦਾ ਕਿਹੜੇ ਡਾਕਟਰ ਦਾ ਪੀ ਏ ਡਾਕਟਰ ਰਵੀ ਦਾ ਨਹੀਂ ਉਤਰੀ ਦਾ ਪੀ ਏ ਹੈ ਜੀ ਇਹਨੇ ਅੱਗੇ ਵੀ ਇੱਕ ਦੋ ਵਾਰ ਮੈਨੂੰ ਕਿਹਾ ਸੀ ਕਹਿੰਦਾ ਇਹ ਸਾਡੇ ਮੇਰੀ ਭੈਣ ਨਾਲ ਗੱਲਬਾਤ ਇਹ ਪਿੱਛੇ ਆਉਂਦਾ ਵਾ ਅਤੇ ਅੱਗੇ ਵੀ ਮਗਰ ਦੋ ਤਿੰਨ ਵਾਰੀ ਦਫ਼ਤਰ ਲੈ ਗਏ ਭੱਜੇ ਸੀਗੇ ਨਸ਼ਹਿਰੇ ਆਇਆ ਸੀ ਕੰਮ ਕਿਤੇ ਤੇ ਇਹ ਮੁੰਡੇ ਨਾ ਪੁਰਾਣੀ ਰੰਜਿਸ਼ ਬਾਈ ਚੱਲਦੀ ਸੀ ਇਹਨਾਂ ਨਾਲ ਤੇ ਉਹ ਅੱਜ ਅੱਜ ਲੰਘਣ ਲੱਗਾ ਤਾਂ ਉਹਨਾਂ ਨੇ ਅਗਵਾਹ ਕਰ ਲਿਆ ਮੁੰਡੇ ਨੂੰ ਭਰਾ ਮੇਰੇ ਨੂੰ ਅਗਵਾਹ ਕਰਕੇ ਤੇ ਦੋ ਘੰਟੇ ਮਿਲਿਆ ਨਹੀਂ ਸੀ ਭਾਲ ਕਰਦੇ ਰਹੇ ਆ ਬਟ ਜਦੋਂ ਸਾਨੂੰ ਮਿਲਿਆ ਵਾ ਤੇ ਆਹ ਹਾਲਤ ਦੇ ਵਿੱਚ ਮਿਲਿਆ ਵੀ ਪੁਲਿਸ ਸਾਡੇ ਘਰ ਆ ਕੇ ਕਹਿੰਦੀ ਕਿ ਤੁਹਾਡੇ ਮੁੰਡੇ ਡੈਥ ਹੋ ਚੁੱਕੀ ਆ ਸਾਡੇ ਘਰ ਪੁਲਿਸ ਆਈ ਆ ਇਹਨਾਂ ਨੇ ਕਿਹਾ ਕਿ ਡੈਥ ਹੋ ਗਈ ਫਿਰ ਅਸੀਂ ਇੱਥੇ ਆਏ ਆ ਤਾਂ ਫਿਰ ਸਾਨੂੰ ਪਤਾ ਲੱਗਾ ਕਿਹਦਾ ਘਰ ਹੈ ਇਹ ਘਰ ਆ ਜੀ ਜੀ ਸੰਨੀ ਮੁੰਡਾ ਡਾਕਟਰ ਅਗਨੀ ਉਹ ਪੀ ਏ ਜੇ ਉਹ ਹਾਂਜੀ ਕਾਹਨਾਂ ਮਾਰਿਆ ਇਹਨਾਂ ਨਾਲ ਸਰ ਕਰੰਟ ਕਰੁੰਟ ਲਾਇਆ ਬਹੁਤ ਬੁਰਾ ਹਾਲ ਕੀਤਾ ਅੰਦਰ ਵੇਖੋ ਤੁਸੀਂ ਜਾ ਕੇ ਕਰੀ ਪਾ ਪੂ ਦੇ ਕੇ ਉਹਨਾਂ ਬਹੁਤ ਡੈਥ ਕੀਤੀ ਰੰਜੀ ਸਰ ਇਹਦੀ ਸੰਨੀ ਦੀ ਜਿਹੜੀ ਭੈਣ ਸੀ ਨਾ ਉਹ ਵਿਆਹੀ ਹੋਈ ਆ ਦੋ ਉਹਦੇ ਬੱਚੇ ਆ ਅਤੇ ਮੇਰਾ ਭਰਾ ਛੋਟਾ 16 ਸਾਲ ਉਮਰ ਦੇ ਸਾਰੀ ਇਹਨੇ ਉਹਨੂੰ ਪਿੱਛੇ ਲਾਇਆ ਸੀ ਠੀਕ ਆ ਉਹਨੂੰ ਫੋਨ ਕਰਦੇ ਦੋ ਤਿੰਨ ਵਜੇ ਅੱਗੇ ਮਾਰਨ ਭੱਜੇ ਆ ਅਤੇ ਜਦੋਂ ਭੱਜੇ ਦੋ ਵਾਰੀ ਤਾਂ ਅਸੀਂ ਉਹਨੂੰ ਮਹਾਂ ਪੰਜਾਬ ਜੋ ਸਾਡੇ ਕੋਲ ਐਂ ਰੋਂਦਾ ਰਿਹਾ ਸਾਡੇ ਕੋਲ ਅਸੀਂ ਕੁੱਟ ਮਾਰ ਕੀਤੀ ਕਿ ਤੂੰ ਕਰਨ ਜਾਂਦਾ ਉੱਧਰ ਅੱਜ ਉਹ ਅਚਾਨਕ ਨਸ਼ਹਿਰੇ ਕੰਮ ਗਿਆ ਸੀ ਅਤੇ ਨਸ਼ਹਿਰੇ ਜਦੋਂ ਵਾਪਸ ਆਇਆ ਵਾ ਅਤੇ ਇਹਨਾਂ ਨੇ ਅਗਵਾਹ ਕਰ ਲਿਆ ਅਗਵਾਹ ਕਰਕੇ ਤਾਂ ਸਾਨੂੰ ਉਦੋਂ ਰਿਪੋਰਟ ਮਿਲੀ ਜਦੋਂ ਮਰ ਗਿਆ ਸੀ ਉਹ ਵੀ ਸਾਨੂੰ ਪੁਲਿਸ ਦੱਸਣਾ ਸੀ ਸਾਨੂੰ ਕੁਝ ਨਹੀਂ ਪਤਾ ਸੀ ਕਿੱਥੇ ਗਿਆ ਸਾਡਾ ਮੁੰਡਾ ਕਿੱਥੇ ਨਹੀਂ ਆਪਣੀ ਭਾਲ ਕੀਤੀ ਸਵਿੱਚ ਆਫ ਜਦੋਂ ਫੋਨ ਆਉਣ ਡਿਆ ਪਿਆ ਉਦੋਂ ਅਸੀਂ ਗਏ ਭਰਾ ਦਾ ਗੁਰਵਿੰਦਰਜੀਤ ਸਿੰਘ ਉਰਫ ਗਿੱਤਾ ਕਹਿੰਦੇ ਜਦੋਂ ਕੀ ਉਮਰ ਉਹਦੀ ਉਮਰ 16 ਤੋਂ 17 ਸਾਲ ਦੀ ਹੈਗੀ ਹੈ ਹਾਂਜੀ ਪੜ੍ਹਦੇ ਪੜ੍ਹਾਈ ਛੱਡੀ ਹੀ ਹੁਣ ਦੇ ਨੇ ਕੰਮ ਫ੍ਰੀ ਹਜੇ ਸਿੰਘਾਪੁਰ ਤੋਂ ਆਇਆ ਥੋੜ੍ਹਾ ਥੋੜ੍ਹਾ ਚਿਰ ਹੋਇਆ ਮੈਨੂੰ ਹਾਂਜੀ ਮਤਲਬ ਘਰ ਕਿੱਦਾਂ ਤੁਹਾਨੂੰ ਪਤਾ ਲੱਗਾ ਕਿ ਇਸ ਘਰ 'ਚ ਲਿਆਉਂਦਾ ਉਹਨਾਂ ਨੂੰ ਸਾਨੂੰ ਪੁਲਿਸ ਤੋਂ ਪਤਾ ਲੱਗਾ ਪੁਲਿਸ ਗਈ ਇੱਥੋਂ ਪੁਲਿਸ ਨੇ ਸਰ ਇੱਕ ਮਰਡਰ ਕੇਸ ਹੋਇਆ ਜੀ ਕੀ ਮਾਮਲਾ ਹੈਗਾ ਲੜਕਾ ਹੈ ਗੁਰਵਿੰਦਰਜੀਤ ਸਿੰਘ ਤਰਨ ਤਾਰਨ ਦਾ ਰਹਿਣ ਵਾਲਾ ਹੈ ਇਹਦੇ ਰਿਲੇਸ਼ਨ ਸੀ ਇੱਕ ਲੜਕੀ ਸਿਰੋਂ ਦੀ ਸੰਦੀਪ ਕੌਰ ਦੇ ਨਾਲ ਉਹ ਅੱਜ ਉਹਨੂੰ ਉਹਦੇ ਘਰ ਇੱਥੇ ਮਿਲਣ ਆਇਆ ਸੀ ਆਲਰੇਡੀ ਮੈਰਿਡ ਹੈ ਮਿਲਣ ਆਇਆ ਸੀ ਇੱਥੇ ਉਹਦੀ ਡੈਡ ਬੋਡੀ ਮਿਲੀ ਆ ਅਸੀਂ ਮੌਕੇ 'ਤੇ ਆਏ ਹਾਂ ਉਹਦੇ ਲੜਕੇ ਦੇ ਘਰਦਿਆਂ ਨੂੰ ਬੁਲਾਇਆ ਗਿਆ ਉਹਨਾਂ ਨੇ ਜਿਹੜੀ ਇਹ ਲੜਕੀ ਸੰਦੀਪ ਕੌਰ ਉਹਦੇ ਬ੍ਰਦਰ ਉਹਦੀ ਮਾਤਾ ਉਹਦੇ ਹਸਬੈਂਡ ਅਤੇ ਉਹਦੇ ਦੋ ਜੇਠਾਂ ਦੇ ਖਿਲਾਫ ਜਿਹੜੀ ਆ ਫਿਲਹਾਲ ਐਫ ਆਈ ਆਰ ਦਰਜ ਕਰਵਾਈ ਹੈ ਅਤੇ ਮੌਕੇ ਤੋਂ ਜਿਹੜੇ ਸੰਦੀਪ ਕੌਰ ਅਤੇ ਉਹਦੀ ਮਾਤਾ ਜਿਹੜੀ ਉਹ ਕਾਬੂ ਆਈ ਆ ਪਰਚਾ ਦਰਜ ਕਰ ਲਿਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਤੇ ਹੋਰ ਬਾਈ ਨੇਮ ਕਿੰਨਾ 'ਤੇ ਹੋਇਆ ਜੀ ਪਰਚਾ ਦਰਜ ਬਾਈ ਨੇਮ ਲੜਕੀ ਜਿਹੜੀ ਸੰਦੀਪ ਕੌਰ ਆ ਉਹਦਾ ਭਰਾ ਆ ਮਨਪ੍ਰੀਤ ਆ ਉਹਦੀ ਮਾਤਾ ਆ ਉਹਦਾ ਹਸਬੈਂਡ ਆ ਹਿੰਮਤ ਸਿੰਘ ਅਤੇ ਉਹਦੇ ਦੋ ਜੇਠ ਆ ਉਹ ਵੀ ਤਰਨ ਤਾਰਨ ਦੇ ਉਹਨਾਂ ਦੇ ਕੋਲ ਅਤੇ ਸਰ ਮੁੰਡੇ ਨੂੰ ਕਿਸ ਤਰ੍ਹਾਂ ਮਾਰਿਆ ਗਿਆ ਕੁਝ ਇਹਦੇ ਜਿਹੜਾ ਮੌਕੇ 'ਤੇ ਜਿਹੜਾ ਦੇਖਿਆ ਗਿਆ ਉਹਦੇ ਕਰੰਟ ਲੱਗਾ ਆ ਔਰ ਗਲ 'ਚ ਜਿਹੜੇ ਸਟਰੈਂਗੂਲੇਸ਼ਨ ਦੇ ਨਿਸ਼ਾਨ ਆ ਬਾਕੀ ਪੋਸਟਮਾਰਟਮ ਤੋਂ ਕਲੀਅਰ ਹੋਊਗਾ ਕੌਜ਼ ਆਫ ਡੈਥ ਫਿਰ ਦੈਨ ਉਹਦੇ ਅਕੋਰਡਿੰਗ ਕਾਰਵਾਈ ਕੀਤੀ ਜਾਊਗੀ ਹੁਣ ਸਰ ਅਰੈਸਟ ਜਿਹੜੀ ਪਈ ਆ ਕਿੰਨੀ ਕਿੰਨਾਂ ਦੀ ਪਈ ਆ ਕਾਬੂ ਆ ਗਏ ਉਹਦੇ ਸੰਦੀਪ ਕੌਰ ਅਤੇ ਉਹਦੀ ਮਦਰ ਜਿਹੜੀ ਉਹ ਕਾਬੂ ਆ ਗਈ ਹੈ ਅਤੇ ਬਾਕੀ ਪੁੱਛ ਗਿੱਛ ਕਰਕੇ ਫਿਰ ਅਜੇ ਫਿਲਹਾਲ ਪਰਚਾ ਦਰਜ ਕਰਕੇ ਉਹਨਾਂ 'ਤੇ ਬਾਕੀ 'ਤੇ ਰੇਡ ਕਰਕੇ ਕਾਬੂ ਕਰ ਲਾਂਗੇ